लोग परलोक जाके जब वर्षा का ताकते मालक तन तन साहब श्री गुरु ग्रंथ साहब सच्चे पातशाह जी की पावन पवित्र हजूरी अंदर सिख पंथ के महान पावन पवित्र स्थान तखत श्री दमदमा साहब ਰਵੰਡੀ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਖਾਲਸਾ ਸਾਜਣਾ ਦਿਵਸ ਮੌਕੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਦਾਸ ਦੀ ਫਤਿਹ ਪ੍ਰਵਾਨ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਇਸ ਗੱਲੋਂ ਕਿ ਬਹੁਤ ਸਾਰੀਆਂ ਸਰਕਾਰੀ ਰੁਕਾਂ ਦੇ ਬਾਵਜੂਦ ਕਿਉਂਕਿ ਜਦੋਂ ਗੁਰੂ ਘਰ ਸੰਗਤ ਆਉਂਦੀ ਹੈ ਮੱਥਾ ਟੇਕਦੀ ਹੈ ਦਰਸ਼ਨ ਦਿਦਾਰ ਕਰਦੀ ਹੈ ਤੇ ਰਾਹ ਦੇ ਵਿੱਚ ਬਹੁਤ ਸਾਰੇ ਪੀੜ੍ਹੀ ਦੇ ਸਿੱਖ ਜਿਹੜੇ ਹੈ ਸੰਗਤਾਂ ਦੀ ਸੇਵਾ ਕਰਦੇ ਹੈ ਕੋਈ ਲੰਗਰ ਲਾਉਂਦਾ ਹੈ ਕੋਈ ਜਲ ਛਕਾਉਂਦਾ ਹੈ ਕੋਈ ਦੁੱਧ ਛਕਾਉਂਦਾ ਹੈ ਕੋਈ ਜਲੇਬੀਆਂ ਛਕਾਉਂਦਾ ਹੈ ਕੋਈ ਰਸਤੇ ਸਾਫ ਕਰਦਾ ਹੈ ਕਿਉਂਕਿ ਪਤਾ ਹੁੰਦਾ ਹੈ ਕਿ ਇਹ ਸਾਰੀ ਸੰਗਤ ਜਿਹੜੀ ਹੈ ਇਹ ਗੁਰੂ ਦੇ ਪਾਵਨ ਪਵਿੱਤਰ ਅਸਥਾਨ ਉੱਤੇ ਦਰਸ਼ਨ ਕਰਨ ਜਾ ਰਹੀ ਹੈ ਪਰ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਰਕਾਰ ਨੇ ਗੁਰੂ ਘਰ ਆਉਣ ਵਾਲੀ ਸੰਗਤ ਦੀਆਂ ਤਲਾਸ਼ੀਆਂ ਲਈਆਂ ਚਲੋ ਸਰਕਾਰ ਦੀਆਂ ਆਪਣੀਆਂ ਮਜ਼ਬੂਰੀਆਂ ਪਰ ਇਹਦੇ ਬਾਵਜੂਦ ਤੁਸੀਂ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਹਾਜ਼ਰ ਹੋਏ ਹੋ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ 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 ਧੰਨਵਾਦ ਕਰਦਾ ਖਾਲਸਾ ਸਾਜਣਾ ਦਿਵਸ ਸਿੱਖ ਪੰਥ ਦਾ ਮਹਾਨ ਪਾਵਨ ਪਵਿੱਤਰ ਪਰਵ ਹੈ ਗੌਰਵਮਈ ਪਰਵ ਹੈ ਔਰ ਮੈਂ ਇਸ ਪਰਵ ਦੀਆਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਦੁਨੀਆ ਭਰ ਦੇ ਵਿੱਚ ਬੈਠੀ ਸਿੱਖ ਸੰਗਤ ਨੂੰ ਬਹੁਤ 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 ਵਧਾਈ ਵੀ ਦਿੰਦਾ ਹੁਣ ਆਪਾਂ ਨੇ ਸ਼ਸਤਰਾਂ ਦੇ ਵੀ ਦਰਸ਼ਨ ਕਰਨੇ ਨੇ ਕਿਉਂਕਿ ਸ਼ਸਤਰ ਦੀ ਬੜੀ ਵੱਡੀ ਮਹੱਤਤਾ ਹੈ ਮੈਂ ਬੇਨਤੀ ਕਰਾਂਗਾ ਤਖ਼ਤ ਸਾਹਿਬ ਜੀ ਦੇ ਸੇਵਾਦਾਰਾਂ ਨੂੰ ਕਿ ਉਹ ਸਿੱਖ ਸੰਗਤ ਨੂੰ ਇਸ ਅਸਥਾਨ ਦੇ ਉੱਤੇ ਸੁਸ਼ੋਭਤ ਸਤਿਗੁਰਾਂ ਦੇ ਪਾਵਨ ਪਵਿੱਤਰ ਸ਼ਸਤਰਾਂ ਦੇ ਦਰਸ਼ਨ ਜਿਹੜੇ ਹੈ ਉਹ ਕਰਵਾਉਣ ਸ੍ਰੀ ਸਾਹਿਬ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗਾਤਰੇ ਕੀ ਹੈ ਸਾਧ ਸੰਗਤ ਦੀ ਇਹ ਸ੍ਰੀ ਸਾਹਿਬ ਦੀ ਬਹੁਤ ਵੱਡੀ ਮਹਾਨਤਾ ਹੈ ਸਿੱਖ ਪੰਥ ਦੇ ਅੰਦਰ ਸਿੱਖ ਪਰੰਪਰਾ ਦੇ ਅੰਦਰ ਇਹ ਸ੍ਰੀ ਸਾਹਿਬ ਦੀ ਹੈ ਜਿਸ ਨੂੰ ਸਿੱਖ ਪਰੰਪਰਾ ਦੇ ਵਿੱਚ ਕਿਰਪਾਨ ਕਿਹਾ ਜਾਂਦਾ ਹੈ ਇਹ ਕਿਰਪਾਨ ਹੀ ਹੈ ਜਿਸ ਨੇ ਪੱਛਮ ਵੱਲੋਂ ਆਉਣ ਵਾਲੇ ਹਮਲਾਵਰਾਂ ਦਾ ਰਾਹ ਰੋਕਿਆ ਇੱਥੇ ਹਮਲਾਵਰ ਆਉਂਦੇ ਸੀ ਇੱਥੋਂ ਦੇ ਲੋਕਾਂ ਨੂੰ ਲੁੱਟਦੇ ਸੀ ਕੁੱਟਦੇ ਸੀ ਧਨ ਵੀ ਲੁੱਟਦੇ ਸੀ ਇੱਜ਼ਤਾਂ ਵੀ ਲੁੱਟਦੇ ਸੀ ਤੇ ਬੜੇ ਆਰਾਮ ਦੇ ਨਾਲ ਆਪਣੇ ਆਪਣੇ ਮੁਲਕਾਂ ਦੇ ਵਿੱਚ ਵਾਪਸ ਚਲੇ ਜਾਂਦੇ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੇ ਹੱਥ ਅੱਜ ਦੇ ਦਿਨੀ ਖੰਡੇ ਪਾਟੇ ਦੀ ਪਾਵਨ ਛਕਾ ਕੇ ਤੇ ਇਹ ਸਮਝਾ ਦਿੱਤਾ ਕਿ ਇਹ ਜਿਹੜੀ ਤਲਵਾਰ ਹੈ ਕਿਰਪਾਨ ਹੈ ਇਹ ਤੁਹਾਡਾ ਅੰਗ ਹੈ ਇਹਦਾ ਸਤਿਕਾਰ ਵੀ ਕਰਨਾ ਹੈ ਇਹਦੀ ਸੰਭਾਲ ਵੀ ਕਰਨੀ ਹੈ ਤੇ ਜੇ ਜ਼ੁਲਮ ਹੋ ਰਿਹਾ ਹੋਵੇ ਜ਼ਬਰ ਹੋ ਰਿਹਾ ਹੋਵੇ ਤੇ ਉੱਥੇ ਇਸਦੀ ਸਹਿਯੋਗ ਵਰਤੋਂ ਵੀ ਕਰਨੀ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੇ ਹੱਥ ਅੱਜ ਦੇ ਦਿਨ ਟੇਕ ਪਕੜਾਈ ਤਾਂ ਖਾਲਸੇ ਨੇ ਉਹ ਮੱਲਾਂ ਮਾਰੀਆਂ ਕਿ 100 ਸਾਲ ਦੇ ਅੰਦਰ ਅੰਦਰ ਖਾਲਸੇ ਨੇ ਆਪਣਾ ਵਿਸ਼ਾਲ ਰਾਜ ਭਾਰਤ ਵਿੱਚ ਕਾਇਮ ਕਰ ਲਿਆ ਹਰ
ਇਹ ਸਾਡੀ ਪਰੰਪਰਾ ਦਾ ਹਿੱਸਾ ਹੈ ਸ੍ਰੀ ਸਾਹਿਬ ਅੱਜ ਸਾਡੀ ਲਈ ਇਹ ਬਹੁਤ ਵੱਡਾ ਜਿਹੜਾ ਹੈ ਇਹ ਇੱਕ ਪ੍ਰਕਾਰ ਵੀ ਹੈ ਪੰਜ ਪ੍ਰਕਾਰਾਂ ਦੇ ਵਿੱਚ ਸ੍ਰੀ ਸਾਹਿਬ ਅਰ ਜਿਹਨਾਂ ਨੂੰ ਨਹੀਂ ਪਤਾ ਉਹ ਇਸ ਤਲਵਾਰ ਦੇ ਉੱਤੇ ਪਾਬੰਦੀਆਂ ਲਗਾਉਣ ਦੀ ਵੀ ਗੱਲ ਕਰਦੇ ਨੇ ਭਾਰਤ ਦੀ ਇੱਕ ਸਟੇਟ ਦੇ ਵਿੱਚ ਕੁਝ ਸਿੱਖਾਂ ਦੇ ਉੱਤੇ ਇਸ ਕਰਕੇ ਜਿਹੜਾ ਹੈ ਉਹ ਆਰਮਸ ਐਕਟ ਅਧੀਨ ਪਰਚੇ ਦਰਜ ਕਰ ਦਿੱਤੇ ਗਏ ਸਿੱਖਾਂ ਨੂੰ ਆਵਾਜ਼ ਮਾਰ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਦੂਕ ਦੀ ਮਾਰ
ਹੈ ਕੋਈ ਆਦੇ ਤੇ ਬਾਬਾ ਵੀਰ ਸਿੰਘ ਜੀ ਬਾਬਾ ਵੀਰ ਸਿੰਘ ਜੀ ਕਿਉਂ ਉਹਦਾ ਦਸੀ ਦੇ ਇਤਿਹਾਸ ਦੇ ਅੰਦਰ ਉਹ ਦਸਤਾਰੇ ਸਜਾ ਰਹੇ ਸੀ ਅੱਧੇ ਦਸਤਾਰੇ ਜਿਹੜੇ ਸਿਰਾਂ ਤੇ ਸੱਜ ਚੁੱਕੇ ਸੀ ਤੇ ਅੱਧੇ ਜਿਹੜੇ ਆ ਉਹ ਨਾਲ ਹੱਥ ਦੇ ਵਿੱਚ ਸੀ ਉਸੇ ਵੇਲੇ ਆ ਕੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਖੜੋ ਗਏ ਪੁੱਤ ਕਹਿੰਦਾ ਮਹਾਰਾਜ ਮੇਰੀ ਛਾਤੀ ਤੇ ਮਾਰ ਰੱਖੋ ਤੇ ਪਿਤਾ ਕਹਿੰਦਾ ਸਤਿਗੁਰੂ ਜੀ ਮੇਰੀ ਛਾਤੀ ਤੇ ਉਹਦੇ ਮਾਰ ਰੱਖੋ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਾਇਰ ਕੀਤਾ ਦੋਨਾਂ ਦੇ ਸਿਰਾਂ ਦੇ ਉੱਤੇ ਵੀ ਲਗਾ ਦਿੱਤਾ ਤੇ ਗਲੇ ਨੂੰ ਕਹਿਣ ਲੱਗੇ ਗਲਿਆ ਆ ਸੂਰਬੀਰ ਕਿਉਂ ਲਿਆ ਜਿਹੜੇ ਜੰਗ ਹੁੰਦੇ ਨੇ ਨਾ ਜੰਗ ਉਹ ਬਾਜਵਾ ਦੇ ਕੌੜੀਆਂ ਛਾਤੀਆਂ ਦੇ ਫਲ ਦੁੰਦੀਆਂ ਦੇ ਉੱਤੇ ਨਹੀਂ ਲੜੇ ਜਾਂਦੇ ਜੰਗ ਪਤਾ ਦੇ ਸਿਰ ਤੇ ਨਹੀਂ ਲੜੇ ਜਾਂਦੇ ਜੰਗ ਹੌਸਲਿਆਂ ਨਾਲ ਲੜੇ ਜਾਂਦੇ ਹੈ ਜੰਗ ਹਿੰਮਤਾਂ ਨਾਲ ਲੜੇ ਜਾਂਦੇ ਹੈ ਜੰਗ ਸਮਰਪਣ ਭਾਵਨਾ ਨਾਲ ਲੜੇ ਜਾਂਦੇ ਹੈ ਤੇ ਸਾਡੇ ਸਿੱਖਾਂ ਵਰਗੀ ਸਮਰਪਣ ਭਾਵਨਾ ਜਿਹੜੀ ਹੈ ਉਹ ਕਿਸੇ ਸੰਸਾਰ ਦੇ ਅੰਦਰ ਅੱਜ ਨਹੀਂ ਹੈ ਅਸੀਂ ਇਹਨਾਂ ਮੁਖੀ ਪਰ ਸਮਰਪਣ ਭਾਵਨਾ ਵਾਲੇ ਸਿੰਘਾਂ ਦੇ ਬਲ ਦੇ ਉੱਤੇ ਇੰਨੀ ਸ਼ਕਤੀਸ਼ਾਲੀ ਮੋਹਰ ਹਕੂਮਤ ਦੇ ਨਾਲ ਟੱਕਰ ਨਹੀਂ ਹੈ ਚੌਧਰੀ ਡੱਲੇ ਦਾ ਉਸ ਵੇਲੇ ਹੰਕਾਰ ਹੋਇਆ ਇਹ ਉਹ ਬੰਦੂਕ ਹੈ ਜਿਸ ਦੀ ਮਾਰ ਵਰਤੀ ਸਤਪੁਰਾ ਨੇ ਤੇ ਇਸ ਮਾਰ ਵਰਤਣ ਦੇ ਨਾਲ ਨਾਲ ਆਪਣੀ ਸੇਵਾ ਕਰ ਰਹੇ ਚੌਧਰੀ ਡੱਲੇ ਦਾ ਜਿਹੜਾ ਹੰਕਾਰ ਸੀ ਉਹ ਦੂਰ ਕੀਤਾ ਮੋਹਰ ਹੈ ਤਖਤ ਸਾਹਿਬ ਦੀ ਕਿਉਂਕਿ ਤਖਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੁੰਦੇ ਸੀ ਪਾਤਸ਼ਾਹ ਵੱਲੋਂ ਜਿਹੜੇ ਹੁਕਮ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੋਂ ਜਾਰੀ ਹੋਏ ਪਾਤਸ਼ਾਹ ਵੱਲੋਂ ਤਾਂ ਉਹਨਾਂ ਹੁਕਮਨਾਮਿਆਂ ਦੇ ਉੱਤੇ ਇਹ ਮੋਹਰ ਜਿਹੜੀ ਹੈ ਉਹ ਲਗਾਈ ਜਾਂਦੀ ਸੀ ਇਸ ਮੋਹਰ ਦੇ ਉੱਤੇ ਚਾਂਦੀ ਦੀ ਇਹ ਮੋਹਰ ਹੈ ਇਸ ਮੋਹਰ ਦੇ ਉੱਤੇ ਅੱਖਰ ਜਿਹੜੇ ਨੇ ਉਹ ਉਤਰੇ ਹੋਏ ਨੇ ਅਕਾਲ ਸਹਾਏ ਅਕਾਲ ਸਹਾਏ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਤਖਤ ਦਮਦਮਾ ਜੀ ਇੱਥੇ ਇਸ ਮੋਹਰ ਦੇ ਉੱਤੇ ਤਖਤ ਸ਼ਬਦ ਜਿਹੜਾ ਹੈ ਉਹ ਪਾਇਆ ਹੋਇਆ ਹੈ ਤੇ ਤਖਤ ਸ਼ਬਦ ਜਿਹੜਾ ਹੈ ਗੁਰੂ ਪਿਆਰਿਓ ਇਹ ਬਹੁਤ ਪੁਰਾਣੀ ਮੋਹਰ ਹੈ ਇਹ ਉਸ ਇਸ ਮੋਹਰ ਦੇ ਉੱਤੇ ਇਹ ਸ਼ਬਦ ਜਿਹੜੇ ਆ ਉਤਰੇ ਹੋਏ ਹੈ ਜਗ੍ਹਾ ਤਖਤ ਦਮਦਮਾ ਜੀ ਤਖਤ ਦਮਦਮਾ ਜੀ ਤਖਤ ਸ਼ਬਦ ਜਿਹੜਾ ਸਪੈਸ਼ਲ ਤੌਰ ਦੇ ਉੱਤੇ ਇਹ ਮੋਹਰ ਦੇ ਉੱਤੇ ਉਤਰਿਆ ਹੋਇਆ ਹੈ ਇਹ ਵੀ ਸਾਡੀ ਵਿਰਾਸਤ ਦਾ ਹਿੱਸਾ ਹੈ ਜਿਹੜਾ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਇਹ ਪਾਤਸ਼ਾਹ ਦਾ ਜਿਹੜਾ ਹੈ ਉਹ ਪਾਵਨ ਪਵਿੱਤਰ ਇੱਕ ਤੱਤ ਹੈ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਕਾਕੇ ਦਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਇਸ ਤਖ਼ਤ ਦੇ ਉੱਤੇ 50 ਸਾਲ ਤੋਂ ਵੱਧ ਸਮਾਂ ਜਿਹੜਾ ਹੈ ਉਹ ਰਹਿ ਕੇ ਸੇਵਾ ਕੀਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਮਹਾਨ ਸੂਰਬੀਰ ਜੋੜਾ ਸੀ ਜਿੱਥੇ ਤੇਗ ਦਾ ਧਨੀ ਸੀ ਉੱਥੇ ਕਲਮ ਦਾ ਧਨੀ ਵੀ ਸੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਇਸ ਅਸਥਾਨ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ 4 ਉਤਾਰੇ ਕੀਤੇ ਤਕਰੀਬਨ 4 ਉਤਾਰੇ ਨਹੀਂ ਕੀਤੇ ਪਰ ਇਸ ਤੋਂ ਇਲਾਵਾ ਪੋਥੀਆਂ ਗੁਰਕਾ ਸਾਹਿਬ ਜੀ ਜਿਹੜੇ ਹੈ ਉਹ ਬਿਰੰਦ ਜਿਹੜੇ ਹੈ ਉਹ ਲਿਖੇ ਤੇ ਸਿੱਖ ਸੰਗਤਾਂ ਨੂੰ ਜਿਹੜਾ ਸੀ ਉਹ ਬਾਣੀ ਪੜ੍ਹਨ ਵਾਸਤੇ ਕੀਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਇਸ ਅਸਥਾਨ ਦੇ ਉੱਤੇ ਮੌਜੂਦ ਸਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਖਬਰ ਮਿਲੀ ਕਿ ਅੰਮ੍ਰਿਤਸਰ ਸਾਹਿਬ ਦੀ ਬੇਹਰਮਤੀ ਜਿਹੜੀ ਹੈ ਉਹ ਅਬਦਾਲੀ ਦੇ ਕਿਰਦਿਆਂ ਨੇ ਕਰ ਦਿੱਤੀ ਹੈ ਤੇ ਇਸ ਧਰਤੀ ਤੋਂ ਖੰਡੇ ਦੇ ਨਾਲ ਲੀਕ ਵਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜੁੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਵੱਲ ਤੇ ਪੜ੍ਹਨ ਕਰਕੇ ਤੁਰੇ ਇਸ ਧਰਤੀ ਤੋਂ ਕਿ ਇਹ ਸਾਡਾ ਸੀਸ ਜਿਹੜਾ ਹੈ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਪਾਵਨ ਪਵਿੱਤਰ ਦਰਬਾਰ ਹੈ ਉਹਦੇ ਚਰਨਾਂ ਦੇ ਵਿੱਚ ਭੇਟ ਹੋਏਗਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਦੇ ਉੱਤੇ ਜੰਗ ਹੋਈ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸੀਸ ਜਿਹੜਾ ਸੀ ਉਹ ਕਲਮ ਹੋਇਆ ਤੇ ਉਹਨਾਂ ਨੇ ਕਲੀ ਤੇ ਰੱਖ ਕੇ ਜਿਹੜਾ ਹੈ ਉਹ ਦੁਸ਼ਮਣ ਦੇ ਨਾਲ ਜੰਗ ਲੜਿਆ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਫਰਜ਼ ਨੂੰ ਪੂਰਾ ਕੀਤਾ ਆਪਣਾ ਸੀਸ ਜਿਹੜਾ ਸੀ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਟ ਕੀਤਾ ਤੇ ਉਸ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਹੜੇ ਬਹੁਤ ਵੱਡੇ ਮਹਾਨ ਸੂਰਬੀਰ ਯੋਧੇ ਜਰਨੈਲ ਤੇ ਤਦ ਦੇ ਤਦ ਜਵਾਨ ਹੋਏ ਨੇ ਉਹਨਾਂ ਦੇ ਕਾਤਲੇ ਦਾ ਇਹ ਤੀਗਾ ਹੈ ਇਸ ਤੋਂ ਇਲਾਵਾ ਇਸ ਅਸਥਾਨ ਦੇ ਉੱਤੇ ਇੱਕ ਸ਼ੀਸ਼ਾ ਹੈ ਉਹ ਸ਼ੀਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਸਿੱਖ ਨੇ ਭੇਟ ਕੀਤਾ ਸੀ ਮਹਾਰਾਜ ਇਸ ਸ਼ੀਸ਼ੇ ਦੇ ਵਿੱਚ ਤੁਸੀਂ ਦਸਤਾਰਾ ਸਜਾਇਆ ਕਰੋ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਪਾਤਸ਼ਾਹ ਸੇਵਕਾਂ ਨੂੰ ਕਹਿੰਦੇ ਪਾਈ ਰੱਖ ਲਿਓ
ایسا شیشہ ہے کہ یہ دیکھے چہرے آنے جنہوں کو پیرالائز ہو جاتا ہے رنگ ہو جاتا ہے انہوں نے چہرے جڑے ہے وہ ٹھیک ہویا کرنگے تے اج بھی یہ کلا ورتدی ہے جنہوں کی رنگ ہو جاتا ہے جنہوں کو پیرالائز ہو جاتا ہے وہ اتھے آتے ہیں تین دن اس شیشے دے مونے بیٹھ کے اپنا مکھڑا رکھتے ہیں اس شیشے کی اہمیت ہے کہ اس شیشے دے وچوں تاں گرو گوبند سنگھ مہاراج نے بھی اپنا مکھڑا رکھیا ہے ਜਦੋਂ ਸੰਗਤ ਜਿਹੜੀ ਹੈ ਜਿਹਨਾਂ ਨੂੰ ਇਹ ਅਧਰਮ ਹੋ ਜਾਂਦਾ ਹੈ ਉਹ ਇੱਥੇ ਆ ਕੇ ਆਪਣੇ ਇਸ ਸ਼ੀਸ਼ੇ ਦੇ ਵਿੱਚ ਨਾਲੇ ਮੁੱਖ ਦੇਖਦੇ ਨੇ ਨਾਲੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਤੇ ਕਲਾਵਤ ਦੀ ਇਹ ਬਾਦਸ਼ਾਹ ਦੀ ਕਈ ਜਿਹੜੇ ਤੇ ਕੋਲ ਆ ਜੀ ਹੋ ਕੇ ਜਾਂਦੇ ਨੇ ਤੇ ਇਸ ਅਸਥਾਨ ਦੀ ਪਿਆਰੀ ਅਹਿਮੀਅਤ ਹੈ ਬਹੁਤ ਵੱਡਾ ਅਸਥਾਨ ਹੈ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਹੈ ਇੱਥੇ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਦਿੱਲੀ ਤੋਂ ਮਾਤਾ ਜੀ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਗਣੀ ਸਿੰਘ ਜੀ ਦੇ ਨਾਲ ਆਈਆਂ ਸਨ ਤੇ ਉਹਨਾਂ ਨੇ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ ਸੀ ਕਿ ਪਾਤਸ਼ਾਹ ਜੀ ਸਾਹਿਬਜ਼ਾਦੇ ਨੇ ਦੱਸਦੇ ਕਿ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸ਼ਬਦ ਕਹੇ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਹ ਕੀਏ ਸੁਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਨ ਕਈ ਹਜ਼ਾਰ ਅੱਜ ਸਾਡੇ ਸਾਹਮਣੇ ਬੈਠੇ ਹੈ ਇਹਨਾਂ ਪੁੱਤਰਾਂ ਨੂੰ ਤੋਂ ਅਸੀਂ ਆਪਣੇ ਚਾਰ ਨਾਮ ਕੁਰਬਾਨ ਕਰ ਦਿੱਤੇ ਹੈ ਇਹ ਵੀ ਹੋਇਆ ਕਿ ਚਾਰ ਪੁੱਤਰ ਕੁਰਬਾਨ ਹੋ ਗਏ ਇਹ ਹਜ਼ਾਰਾਂ ਜਿਹੜੇ ਹੈ ਉਹ ਜਿਉਂਦੇ ਹੈ ਇਹ ਸਾਡੇ ਗੁਰੂ ਸਾਹਿਬਾਨ ਦੀ ਦੇਣ ਹੈ ਸਾਧ ਸੰਗਤ ਜੀ ਇਸ ਧਰਤੀ ਨੂੰ ਇਸ ਜਿੱਤੇ ਨੂੰ ਇਸ ਸਾਰੇ ਸੰਸਾਰ ਨੂੰ ਸੋਚੀ ਮਾਨਤਾ ਨੂੰ ਜਿਹਨੂੰ ਕੋਈ ਵੀ ਦੁਨੀਆਂ ਦੀ ਤਾਕਤ ਜਿਹੜੀ ਹੈ ਕੋਈ ਭੁਲਾ ਨਹੀਂ ਸਕਦੀ ਭੁਲਾ ਨਹੀਂ ਸਕਦੀ ਮੈਂ ਇਹ ਕਹਿ ਰਿਹਾ ਸੰਗਤ ਜੀ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਇਹ ਸੂਰਬੀ ਯੋਗਿਆਂ ਦੀ ਧਰਤੀ ਹੈ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਸ਼ਬਦ ਕਹੇ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਕਿਹੜੇ ਸੂਬੇ ਦੇ ਹਾਲਾਤ ਖਰਾਬ ਹੋ ਗਏ ਆ ਪਤਾ ਉਸ ਸੂਬੇ ਦੇ ਹਾਲਾਤ ਖਰਾਬ ਕਰਦੇ ਜਾਂਦੇ ਆ ਜਿੱਥੇ ਦੋ ਭਾਈਚਾਰਿਆਂ ਦੇ ਵਿਚਕਾਰ ਹਿੰਸਕ ਦੰਗੇ ਹੋ ਜਾਣ ਫਸਾਦ ਹੋ ਜਾਣ ਆਪਾਂ ਕਹਿ ਸਕਦੇ ਕਿ ਸੂਬੇ ਦੇ ਹਾਲਾਤ ਖਰਾਬ ਹੋ ਗਏ ਜਦੋਂ ਹਾਲਾਤ ਖਰਾਬ ਉਦੋਂ ਹੁੰਦੇ ਆ ਜਦੋਂ ਕਿਸੇ ਮੁੱਦੇ ਨੂੰ ਲੈ ਕੇ ਲੋਕਾਂ ਦਾ ਸਰਕਾਰ ਦੇ ਨਾਲ ਟਕਰਾਅ ਹੋ ਜਾਏ ਤੇ ਉਹ ਟਕਰਾਅ ਜਿਹੜਾ ਹੈ ਉਹ ਹਿੰਸਕ ਰੂਪ ਧਾਰਨ ਕਰ ਜਾਏ ਕਈ ਮੁਕਲ ਹੋ ਜਾਣ ਗੋਲੀਆਂ ਚੱਲ ਜਾਣ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਖੂਨ ਬਹਿ ਜਾਏ ਤੇ ਫਿਰ ਆਪਾਂ ਕਹਿੰਦੇ ਹਾਂ ਕਿ ਸੂਬੇ ਦੇ ਜਿਹੜੇ ਹਾਲਾਤ ਹੈ ਉਹ ਖਰਾਬ ਹੋ ਗਏ ਪਰ ਪੰਜਾਬ ਦੇ ਵਿੱਚ ਐਸਾ ਕੁਝ ਨਹੀਂ ਹੈ ਨਾ ਗੁਰੂ ਪਿਆਰਿਓ ਇੱਥੇ ਦੋ ਭਾਈਚਾਰਿਆਂ ਦੇ ਵਿਚਕਾਰ ਕੋਈ ਗੜਬੜ ਹੋਈ ਹੈ ਕੋਈ ਤਲਵਾਰਾਂ ਚੱਲੀਆਂ ਨੇ ਛਵੀਆਂ ਚੱਲੀਆਂ ਨੇ ਨਾ ਇੱਥੇ ਜਿਹੜਾ ਸਰਕਾਰ ਦੇ ਨਾਲ ਟਕਰਾਅ ਦੇ ਵਿੱਚ ਕੋਈ ਗੋਲੀਆਂ ਚੱਲੀਆਂ ਨੇ ਕੋਈ ਤੀਰ ਚੱਲੇ ਨੇ ਕੋਈ ਬਾਛੇ ਚੱਲੇ ਨੇ ਕੋਈ ਤਰਪਾਲਾਂ ਚੱਲੀਆਂ ਨੇ ਪਰ ਫਿਰ ਵੀ ਪੰਜਾਬ ਨੂੰ ਜਿਹੜਾ ਹੈ ਉਹ ਹਿੰਦੁਸਤਾਨ ਦਾ ਗੜਬੜੀ ਵਾਲਾ ਸੂਬਾ ਜਿਹੜਾ ਹੈ ਉਹ ਕਿਹਾ ਜਾ ਰਿਹਾ ਤੇ ਜਿੱਥੇ ਫਸਾਦ ਹੋ ਰਹੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਰਹੀ ਇਹ ਵੱਖਰਾ ਮੈਟਰ ਹੈ ਪਰ ਜਿੰਨਾ ਸੂਬਿਆਂ ਦੇ ਵਿੱਚ ਹਾਲਾਤ ਖਰਾਬ ਹੋਏ ਨੇ ਭਾਈਚਾਰਿਆਂ ਦੇ ਦਰਮਿਆਨ ਦੰਗੇ ਹੋਏ ਨੇ ਉਹਨਾਂ ਨੂੰ ਛੱਡ ਕੇ ਪੰਜਾਬ ਨੂੰ ਜਿਹੜਾ ਹੈ ਉਹ ਗੜਬੜੀ ਵਾਲਾ ਸੂਬਾ ਜਿਹੜਾ ਉਹ ਪਛਾੜਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਬਿਲਕੁਲ ਅਮਨ ਅਮਾਨ ਹੈ ਔਰ ਸਾਡੀ ਅਰਦਾਸ ਵੀ ਹੈ ਕਿ ਪੰਜਾਬ ਦੇ ਵਿੱਚ ਅਮਨ ਅਮਾਨ ਜਿਹੜਾ ਹੈ ਉਹ ਰਹੇ ਕਈ ਵਾਰ ਕੀ ਹੁੰਦਾ ਹੈ ਸ਼ਾਂਤ ਪਾਣੀ ਹੁੰਦਾ ਨਾ ਸ਼ਾਂਤ ਪਾਣੀ ਤੇ ਸ਼ਰਾਰਤੀ ਜਿਹੜੇ ਲੋਕ ਹੁੰਦੇ ਨਾ ਉਹ ਆਪ ਹੀ ਪਾਣੀ ਦੇ ਵਿੱਚ ਪੱਥਰ ਸੁੱਟ ਕੇ ਤੇ ਫਿਰ ਕਹਿ ਦਿੰਦੇ ਦੇਖੀਏ ਪਾਣੀ ਕਿਤਨਾ ਹਿਲ ਰਹਾ ਹੈ ਕਿਤਨੀ ਫਰਵਾ ਹੈ ਪਾਣੀ ਵਿੱਚ ਕੋਈ ਗੜਬੜ ਨਹੀਂ ਹੈ ਕੋਈ ਇੱਥੇ ਜਿਹੜਾ ਹੈ ਬਾਦਾਮਰੀ ਨਹੀਂ ਹੈ ਇਸ ਕਰਕੇ ਮੈਂ ਫਿਰ ਇਸ ਤਖ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੋਂ ਮੈਂ ਕਹਿਣਾ ਚਾਹੁੰਦਾ ਕਿ ਆਓ ਦੇਖ ਆਓ ਹੋ ਕੇ ਆਓ ਦੇ ਪ੍ਰਵਾਹ ਹੋ ਕੇ ਆਓ ਹਾਂ ਲਾਪਰਵਾਹੀ ਦੀ ਵਰਤ ਨਹੀਂ ਇਸ ਲਾਪਰਵਾਹੀ ਕਦੇ ਵੀ ਨਹੀਂ ਵਰਤਣੀ ਚਾਹੀਦੀ ਲਾਪਰਵਾਹੀ ਤੇ ਬੇਪਰਵਾਹੀ ਦਾ ਫਰਕ ਹੁੰਦਾ ਹੈ ਸਾਹ ਸੰਗਤ ਵਿੱਚ ਲਾਪਰਵਾਹੀ ਜਿਹੜੀ ਹੈ ਇਹ ਔਗਣ ਤੇ ਬੇਪਰਵਾਹੀ ਜਿਹੜੀ ਹੈ ਉਹ ਕੌਣ ਹੈ ਪਾਤਸ਼ਾਹ ਨੇ ਸਿੱਖ ਨੂੰ ਲਾਪਰਵਾਹ ਨਹੀਂ ਬਣਾਇਆ ਬੇਪਰਵਾਹ ਬਣਾਇਆ ਲਾਪਰਵਾਹੀ ਕਦੇ ਵੀ ਵਰਤਣੀ ਨਾ ਘਰ ਦੇ ਵਿੱਚ ਤੇ ਨਾ ਬਾਹਰ ਦੇ ਵਿੱਚ ਨਾ ਕੱਠਾਂ ਦੇ ਵਿੱਚ ਲੇਕਿਨ ਬੇਪਰਵਾਹੀ ਜਿਹੜੀ ਹੈ ਉਹ ਸਾਡੇ ਅੰਦਰ ਜ਼ਰੂਰ ਰਹਿਣੀ ਚਾਹੀਦੀ ਹੈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਓ ਖੰਡੇ ਪਾਟੇ ਦਾ ਅੱਜ ਅਮਰ ਸੰਚਾਰ ਹੋ ਰਿਹਾ ਹੈ ਖੰਡੇ ਪਾਟੇ ਦੀ ਪਹੁੰਚ ਛਕੋ ਗੁਰੂ ਵਾਲੇ ਬਣੋ ਤੇ ਇਸ ਮਾਨਵਤੇ ਇਤਿਹਾਸ ਨੂੰ ਯਾਦ ਕਰੋ ਕਿਉਂਕਿ ਅੱਜ ਦੇ ਦਿਨ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਪਹੁੰਚ ਤਿਆਰ ਕੀਤੀ ਹੈ ਪਹਿਲਾਂ ਪੰਜ ਸਿੰਘਾਂ ਨੂੰ ਸਿਖਾਈ ਉਹਨਾਂ ਨੂੰ ਪੰਜ ਪਿਆਰਿਆਂ ਦਾ ਰੁਤਬਾ ਬਖਸ਼ਿਆ ਤੇ ਫਿਰ ਆਪ ਹੱਥ ਜੋੜ ਕੇ ਉਹਨਾਂ ਪਾਸੋਂ ਅੰਮ੍ਰਿਤ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਕੀਤੀ ਇਹ ਸਾਡਾ ਇਤਿਹਾਸ ਹੈ ਔਰ ਇਸ ਪਰਵ ਨੂੰ ਅਸੀਂ ਖਾਲਸਾ ਸਾਜਨਾ ਦਿਵਸ ਵਜੋਂ ਮਨਾਉਂਦੇ ਹਾਂ ਵੈਸੇ ਸਿੱਖ ਇਤਿਹਾਸ ਦੇ ਵਿੱਚ ਸਿੱਖ ਪਰੰਪਰਾ ਦੇ ਵਿੱਚ ਇਹ ਪਾਵਨ ਪੁਰਬ
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਮਨਾਇਆ ਜਾਂਦਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਇੱਕ ਸਿੱਖ ਭਾਈ ਪਾਲੂ ਜੀ ਨੇ ਬੇਨਤੀ ਕੀਤੀ, ਕਹਿੰਦਾ ਮਹਾਰਾਜ ਮੇਰੇ ਮਨ ਦੇ ਵਿੱਚ ਇੱਕ ਵਿਚਾਰ ਆ, ਕਹਿੰਦੇ ਦੱਸੋ। ਕਹਿੰਦੇ ਮਹਾਰਾਜ ਕਿਉਂ ਨਾ ਆਪਾਂ ਇੱਕ ਗੜ ਬਣਾਇਆ ਕਰੀਏ ਸਮਝਾ, ਸਾਰੀ ਧਰਤੀ ਤੋਂ ਸਿੱਖ ਆਇਆ ਕਰਨ, ਕੋਈ ਕਾਬਲ ਤੋਂ, ਕੋਈ ਕਧਾਰ ਤੋਂ, ਕੋਈ ਢਾਕੇ ਤੋਂ, ਕੋਈ ਪਟਨੇ ਤੋਂ, ਕੋਈ ਦਿੱਲੀ ਤੋਂ, ਕੋਈ ਕਸ਼ਮੀਰ ਤੋਂ। ਕਹਿੰਦੇ ਜਦੋਂ ਇੱਕ ਦਿਨ ਸਾਰੇ ਸਿੱਖ ਜਿਹੜੇ ਇਕੱਠੇ ਹੋਇਆ ਕਰਨਗੇ ਨਾ, ਇੱਕ ਦੂਜੇ ਦੀ ਭਾਸ਼ਾ ਜਾਣਿਆ ਕਰਨਗੇ, ਇੱਕ ਦੂਜੇ ਦੇ ਵਪਾਰ ਬਾਰੇ ਜਾਣਿਆ ਕਰਨਗੇ, ਇੱਕ ਦੂਜੇ ਦੀ ਖੇਤੀ ਬਾਰੇ ਜਾਣਿਆ ਕਰਨਗੇ, ਇੱਕ ਦੂਜੇ ਨਾਲ ਪ੍ਰੇਮ ਪਿਆਰ ਬਣੂਗਾ। ਢਾਕੇ ਦੇ ਸਿੱਖਾਂ ਨੂੰ ਕਸ਼ਮੀਰ ਬਾਰੇ ਪਤਾ ਲੱਗੂ, ਕਸ਼ਮੀਰ ਦੇ ਸਿੱਖਾਂ ਨੂੰ ਕਾਬਲ ਕਧਾਰ ਬਾਰੇ ਪਤਾ ਲੱਗੂ, ਕਾਬਲ ਕਧਾਰ ਦੇ ਸਿੱਖਾਂ ਨੂੰ ਦਿੱਲੀ ਬਾਰੇ ਪਤਾ ਲੱਗੂ। ਮਹਾਰਾਜ ਭਾਈ ਪਾਲੂ ਜੀ ਨੂੰ ਕਹਿਣ ਲੱਗੇ, ਸਿੱਖਾਂ ਦੇ ਵਿੱਚ ਬਹੁਤ ਜ਼ਬਰਦਸਤ ਹੈ, ਇਹੋ ਕਰੋ। ਵਿਸਾਖੀ ਦਾ ਪਰਵ ਇਹ ਮੌਸਮੀ ਤਿਉਹਾਰ ਸੀ, ਕਣਕਾਂ ਦੀ ਫਸਲਾਂ ਦੀ ਵਾਢੀ ਨਾਲ ਜੁੜਿਆ ਸੀ। ਤੇ ਸਤਿਗੁਰਾਂ ਨੇ ਕਿਹਾ ਕਿ ਆਮ ਤੌਰ ਤੇ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਭਾਈ ਖੁਸ਼ੀਆਂ ਭੇਜਿਓ ਕਿ ਇਸ ਦਿਨ ਸਾਰੇ ਸਿੱਖ ਜਿਹੜੇ ਆ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਇਕੱਠੇ ਹੋਣ। ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਹੁਕਮ ਪਾ ਕੇ ਭਾਈ ਪਾਲੂ ਜੀ ਨੇ ਅੱਜ ਦੇ ਦਿਨ ਸਾਰੇ ਸਿੱਖਾਂ ਨੂੰ ਖੁਸ਼ੀਆਂ ਭੇਜੀਆਂ ਕਿ ਪੱਕੀ ਗਿਣਤੀ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚੋ। ਪਹਿਲੀ ਵਿਸਾਖੀ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਹਜ਼ੂਰੀ ਚ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਲੱਗਣੀ ਸ਼ੁਰੂ ਹੋਈ। ਫਿਰ ਗੁਰਪਿਆਰੇ ਪ੍ਰਵਚਨ ਦੇ ਵੀ ਮਹਾਰਾਜ ਦਾ ਸਮਾਂ ਆਇਆ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਲ ਦੇ ਵਿੱਚ ਇੱਕ ਦਿਨ ਬਹੁਤ ਥੋੜਾ ਹੈ, ਦੋ ਦਿਨ ਚਾਹੀਦੇ ਨੇ ਸਾਲ ਦੇ ਵਿੱਚ, ਛੇ ਮਹੀਨੇ ਬਾਅਦ। ਮਹਾਰਾਜ ਕਹਿੰਦੇ ਭਾਈ ਦੂਜਾ ਦਿਨ ਫਿਰ ਦੀਵਾਲੀ ਵਾਲਾ ਚੱਲੋ। ਦੀਵਾਲੀ ਵਾਲੇ ਦਿਨ ਸਾਰੇ ਪਹੁੰਚਿਆ ਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ। ਜਿੱਥੇ ਵੀ ਪਾਤਸ਼ਾਹ ਹੁੰਦੇ ਸੀ, ਜੇ ਭਾਈ ਕੀ ਡੋਲੀ ਛੇਵੇਂ ਪਾਤਸ਼ਾਹ ਸੀ ਤੇ ਭਾਈ ਕੀ ਡੋਲੀ ਵਿਸਾਖੀ ਵਾਲੇ ਦਿਨ ਸੰਗਤਾਂ ਪਹੁੰਚ ਗਈਆਂ, ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਸੀ, ਤਾਂ ਉਸ ਵੇਲੇ ਵੀ 1706 ਦੇ ਵਿੱਚ ਇਸ ਸਥਾਨ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਜ਼ਾਦੀ ਦੇ ਵਿੱਚ ਇੱਕ ਖਾਲਸਾ ਸਾਜਨਾ ਦਿਵਸ ਜਿਹੜਾ ਹੈ ਵੱਡੀ ਸ਼ਰਧਾ ਉਤਸ਼ਾਹ ਨਾਲ ਮਨਾਇਆ ਗਿਆ ਸੀ। ਔਰ ਹਜ਼ਾਰਾਂ ਦੀ ਤਾਦਾਦ ਵਿੱਚ ਇਸ ਦਿਨ ਉਸ ਵੇਲੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਇਆ ਸੀ। ਇੱਥੇ ਬੇਅੰਤ ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਸੀ, ਭਾਈ ਗੁਰਦਾਸ ਸਿੰਘ ਨੇ ਵੀ ਅੰਮ੍ਰਿਤ ਪਾਨ ਕੀਤਾ ਸੀ। ਮੈਂ ਇੱਕ ਵਾਰ ਫਿਰ ਇੱਥੇ ਅੱਜ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਉੱਥੇ ਆਪ ਸਾਰੀ ਸੰਗਤ ਨੂੰ ਜੀਵਾਂ ਆਖਣਾ ਔਰ ਨਾਲ ਸਾਰੀ ਸੰਗਤ ਦਾ ਧੰਨਵਾਦ ਕਰਨਾ ਕਿ ਆਪ ਨੂੰ ਮੁਸ਼ਕਲਾਂ ਹੋਈਆਂ ਹੋਣਗੀਆਂ, ਪਰੇਸ਼ਾਨੀਆਂ ਹੋਈਆਂ ਹੋਣਗੀਆਂ, ਕਿਉਂਕਿ ਕਈ ਗੱਡੀਆਂ ਗੁੱਡੀਆਂ ਲੱਗੀਆਂ ਗਈਆਂ, ਤਾਂ ਮੈਂ ਇਹਦੇ ਬਾਵਜੂਦ ਵੀ ਤੁਸੀਂ ਪਹੁੰਚੇ ਹੋ ਔਰ ਪਹੁੰਚੋ ਵੱਧ ਤੋਂ ਵੱਧ ਗੱਡੀ ਦੇ ਵਿੱਚ। ਮੈਂ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।